ਸਾਵਧਾਨ, ਲੁਧਿਆਣੇ ਦੇ ਵਿੱਚ ਚੂੜੇ ਵਾਲੀ ਚੋਰ ਨਹੀਂ ਘੁੰਮ ਰਹੀ ਹੈ। ਫਿਹਾ ਸੀਸੀਟੀਵੀ 'ਚ ਤਸਵੀਰ ਕੈਦ ਹੋ ਜਾਂਦੀ ਹੈ। ਇਹੀ ਕੁੜੀ ਐਕਟਿਵਾ ਚੋਰੀ ਕਰਕੇ ਲੈ ਜਾਂਦੀ ਹੈ ਜਿਸਨੇ ਚੂੜਾ ਪਾਇਆ ਹੋਇਆ। ਤਸਵੀਰਾਂ ਲੁਧਿਆਣਾ ਦੇ ਨਿਊ ਮਾਡਲ ਟਾਊਨ ਇਲਾਕੇ ਦੀਆਂ ਸਾਹਮਣੇ ਆ ਰਹੀਆਂ ਨੇ, ਜਿੱਥੇ ਕਿ ਹੱਥ ਦੇ ਵਿੱਚ ਚੂੜਾ ਪਾ ਇੱਕ ਨਵੀਂ ਵਿਆਹੁਤਾ ਔਰਤ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਦੇ ਵਿੱਚ ਇੱਕ ਪੁਰਸ਼ ਵੀ ਇਸਦੇ ਨਾਲ, ਇੱਕ ਨੌਜਵਾਨ ਵੀ ਇਸਦੇ ਨਾਲ ਇਸਦਾ ਸਾਥੀ ਬਣ ਕੇ ਅੱਗੇ ਆਉਂਦਾ। ਇਲਾਕੇ ਵਿੱਚ ਫਿਲਹਾਲ ਚੂੜੇ ਵਾਲੀ ਚੋਰਨੀ ਦੀ ਦਹਿਸ਼ਤ ਹੈ ਕਿਉਂਕਿ ਘਰ ਦੇ ਬਾਹਰ ਖੜੀਆਂ ਐਕਟਿਵਾ 'ਤੇ ਇਹ ਚਾਬੀ ਲਗਾਉਂਦੀ ਹੈ ਅਤੇ ਜੇ ਐਕਟਿਵਾ ਨਹੀਂ ਖੁੱਲਦੀ ਤਾਂ ਫਿਰ ਹੋਰ ਐਕਟਿਵਾ 'ਤੇ ਟਰਾਈ ਕਰਦੀ ਹੈ। ਐਕਟਿਵਾ ਖੁੱਲ ਜਾਂਦੀ ਹੈ, ਹੱਥਾਂ ਦੇ ਵਿੱਚ ਚੂੜਾ ਪਾ ਕੇ ਇਹ ਐਕਟਿਵਾ ਚਲਾ ਕੇ ਫਰਾਰ ਹੋ ਜਾਂਦੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ, ਇਲਾਕੇ ਦੇ ਵਿੱਚ ਵਾਰਦਾਤ ਹੋਈ ਹੈ, ਲੋਕਾਂ ਦੇ ਵਿੱਚ ਸਹਿਮ ਹੈ। ਘਟਨਾ ਵਾਲੀ ਥਾਂ ਤੋਂ ਪੁਲਿਸ ਚੌਂਕੀ ਮਹਿਜ 400 ਮੀਟਰ ਦੀ ਦੂਰੀ 'ਤੇ ਹੈ ਅਤੇ ਪੁਲਿਸ ਵੀ ਹੁਣ ਚੂੜੇ ਵਾਲੀ ਚੋਰਨੀ ਦੀ ਭਾਲ ਕਰ ਰਹੀ ਹੈ। ਉਧਰੇ ਜਿਨ੍ਹਾਂ ਦੀ ਐਕਟਿਵਾ ਸੀ, ਉਸ ਭਾਜਪਾ ਆਗੂ ਨੇ ਕਿਹਾ ਕਿ ਉਹ ਆਪਣੇ ਘਰ ਦੇ ਵਿੱਚ ਕਿਸੇ ਕੰਮ ਤੋਂ ਵਾਪਸ ਆਏ ਸਨ, ਘਰ ਦੇ ਬਾਹਰ ਐਕਟਿਵਾ ਖੜੀ ਕੀਤੀ ਪਰ ਇਹ ਔਰਤ ਉਹਨਾਂ ਦੀ ਐਕਟਿਵਾ ਚੋਰੀ ਕਰਕੇ ਲੈ ਗਈ। ਕੱਲ੍ਹ 11:40 'ਤੇ ਮੇਰੇ ਆਪਣਾ ਐਕਟਿਵਾ ਖੜਾ ਸੀ ਬਾਹਰ, ਇੱਕ ਲੜਕਾ ਅਤੇ ਲੜਕੀ ਆਏ ਨੇ, ਲੜਕੀ ਦੇ ਹੱਥ 'ਤੇ ਚੂੜਾ ਪਾਇਆ ਹੋਇਆ ਵੈ ਅਤੇ ਮੈਂ 12:45 ਬਾਹਰ ਆਇਆ ਅਤੇ ਮੈਨੂੰ ਸਕੂਟਰ ਨਹੀਂ ਨਜ਼ਰ ਆਇਆ ਮੇਰਾ ਉੱਥੇ ਖੜਾ ਐਕਟਿਵਾ ਬਲਿਊ ਰੰਗ ਦਾ। ਅਤੇ ਮੈਂ ਜਦੋਂ CCTV ਦੇਖੀਆਂ, ਫੋਟੋਜ਼ ਦੇਖੀਆਂ ਅਤੇ 11:42 'ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਹੈ ਅਤੇ ਉਹਨੇ ਚਾਬੀ ਲਗਾਈ ਹੈ ਅਤੇ ਚਾਬੀ ਲੱਗ ਗਈ ਮੇਰੇ ਐਕਟਿਵਾ, ਉਹਨੇ ਸਟਾਰਟ ਕੀਤਾ ਅਤੇ 10-20 ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ, ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਈ। ਸਮੇਂ ਲੱਗੇ ਹੀ ਕੋਈ ਨੀਗਾ, ਉਹਨੇ ਚੋਰ ਕੀ ਹੋਣੀ ਉਹਨਾਂ ਕੋਲ ਜਿਹੜੀ ਹੁੰਦੀ ਐਕਟਿਵਾ ਦੀ, ਕੋਈ ਉਹਨਾਂ ਕੋਲ ਉਹਨੇ ਆਈ ਹੈ ਜਦੇ ਕੀ ਲਗਾਈ ਚਾਬੀ ਲੱਗ ਗਈ ਉਹਨੂੰ ਤੇ ਛੱਤ 'ਚ ਉਹਨੇ ਚੂੜਾ ਪਾਇਆ ਹੋਇਆ ਵਾ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ, ਨਵੀਂ ਵਿਆਹੀ ਜੋੜੀ ਸੀ। ਨਵੀਂ ਵਿਆਹੀ ਜੋੜੀ ਮੇਰੇ ਤੋਂ ਪਿੱਛੇ ਪਹਿਲੇ ਉਹਨਾਂ ਹੋਰ ਕਿਸੇ ਐਕਟਿਵਾ 'ਤੇ ਟਰਾਈ ਕੀਤੀ ਗਲੀ ਦੇ ਵਿੱਚ, ਉਹਨਾਂ ਕੋਲੋਂ ਖੁੱਲਿਆ ਨਹੀਂ ਅਤੇ ਥੋੜ੍ਹੀ ਦੇਰ ਬਾਅਦ ਫਿਰ ਉਹ ਜਦੋਂ ਅੱਗੇ ਨੂੰ 20-50 ਕਦਮ ਵਧੇ ਅਤੇ ਮੇਰੇ ਘਰ ਤੱਕ ਆ ਗਏ ਅਤੇ ਮੇਰੇ ਘਰ ਦੇ ਬਾਹਰ ਖੜੇ ਸੀ ਜਿੱਦਾਂ ਰੂਟੀਨ ਖੜਾ ਹੁੰਦਾ ਵਾ। ਠੀਕ ਹੈ, ਅਤੇ ਲੱਗਦਾ ਵੀ ਲੋਕਾਂ ਨੂੰ ਡੋਟ ਬਣਾਵੇ, ਸ਼ੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ, ਵੀ ਲੱਗਦਾ ਵੀ ਚਾਬੀ ਲਾਈ ਅਤੇ ਸ਼ੁ ਮੰਤਰ ਆ ਪਤਾ ਹੀ ਨਹੀਂ ਲੱਗਿਆ, ਇੱਦਾਂ ਲੱਗ ਹੀ ਨਹੀਂ ਰਿਹਾ ਵੀ ਚੋਰ ਹੈਗੇ, ਐਂ ਲੱਗਿਆ ਵੀ ਜਿਵੇਂ ਕੋਈ ਆਪਣਾ ਹੀ ਐਕਟਿਵਾ ਲੈ ਕੇ ਜਾ ਰਿਹਾ ਵਾ, ਕਿਸੇ ਨੂੰ ਡਾਊਟ ਹੀ ਨਹੀਂ ਹੋਇਆ, ਵੈਸੇ ਉਸ ਟਾਈਮ ਤੇ ਕੋਈ ਹੈ ਨਹੀਂ ਸੀ। ਐਕਟਿਵਾ ਲੜਕੀ 'ਚ ਲੈ ਕੇ ਲੱਗੀ ਗਈ, ਲੜਕੀ 'ਚ ਲਾ ਕੇ ਲੈ ਕੇ ਗਈ ਜੀ, ਫੋਟੋ ਜਾ ਗਈਆਂ। ਲੁਧਿਆਣਾ ਲਾਈਵ ਦੇ ਲਈ ਅਮਿਤ ਥਾਪਰ ਦੀ ਰਿਪੋਰਟ।